ਦਿਨਾਂ ਬਾਅਦ ਸਲੂਕ ਕਰਕੇ ਫਿਰ ਵੀ ਯੋਗਿਨ ਜੋ ਯੋਗਨਾ ਸਰਕਾਰ ਹੈ ਉਹ ਚੁਕੰਨਾ ਹੋ ਕੇ ਬੈਠੀ ਹੈ ਉਹਨਾਂ ਦੋਸ਼ੀਆਂ ਨੂੰ ਸਜ਼ਾ ਨਹੀਂ ਦੇ ਰਹੀ ਇਸ ਕਰਕੇ ਅਸੀਂ ਅੱਜ ਜਿਹੜਾ ਕੌਮੀ ਦਿਵਸ ਜੇ ਸਾਡੀਆਂ ਭੈਣਾਂ ਸਾਰੀਆਂ ਇਕੱਠੀਆਂ ਹੋ ਕੇ ਅਸੀਂ ਇੱਥੇ ਵਿਰੋਧ ਕੀਤਾ ਹੈ ਕਿ ਉਹਨਾਂ ਦੋਸ਼ੀਆਂ ਨੂੰ ਸਖਤ ਸਖਤ ਸਜ਼ਾ ਦੇਣ ਔਰ ਉਹਨਾਂ ਦੋਸ਼ੀਆਂ ਨੂੰ ਜੋ ਕਿ ਫਾਂਸੀ ਦੀ ਸਜ਼ਾ ਜੋ ਬਣਦੀ ਉਹਨਾਂ ਨੂੰ ਸਜ਼ਾ ਦੇਣ ਅਸੀਂ ਇਹ ਅਪੀਲ ਕਰਦੇ ਹਾਂ ਸਰਕਾਰ ਅੱਗੇ ਨਹੀਂ ਤਾਂ ਸਾਡੇ ਇਹ ਲੇਡੀਜ਼ ਦਾ ਇਸੇ ਤਰ੍ਹਾਂ ਸੰਘਰਸ਼ ਹੋਰ ਤੇਜ਼ ਹੋਏਗਾ ਜੋ ਕਿ ਸਾਡੇ ਆਗੂ ਲੀਡਰ ਕਿਸਾਨ ਵੀਰ ਤੀ ਜੱਥੇ ਮਨੀਰ ਸਾਰੇ ਸਾਡੇ ਨਾਲ ਇਕੱਠੇ ਹੋ ਕੇ ਅਸੀਂ ਸਾਰਿਆਂ ਨੇ ਜੋ ਕਿ ਅੱਜ ਧਰਨਾ ਦਿੱਤਾ ਹੈ ਅਤੇ ਅਸੀਂ ਸਰਕਾਰ ਅੱਗੇ ਅਪੀਲ ਕਰਦੇ ਹਾਂ ਉਹਨਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਹੈ। ਕਿਹੜਾ ਅੱਜ ਸਾਰੇ ਭਾਰਤ ਵਿੱਚ ਕੌਮੀ ਵਿਰੋਧ ਦਿਵਸ ਮਨਾ ਰਹੇ ਹਾਂ ਅਸੀਂ ਸਾਡੇ ਪੰਜਾਬ ਵਿੱਚ ਪੰਜਾਬ ਇਸਤਰੀ ਸਭਾ ਵੱਲੋਂ ਅੱਜ ਜੋਰਾ ਸਿੰਘ ਮਾਨਗਲ ਚੌਂਕ ਵਿੱਚ ਅਸੀਂ ਮਨਾਇਆ ਹੈ। ਕਿਹੜਾ ਆਦਰਸ ਵਿੱਚ ਉਹ ਸਾਡੀ ਲੜਕੀ ਨਾਲ ਬਲਾਤਕਾਰ ਕਰਕੇ ਉਹਦੇ ਨਾਲ ਉਹ ਹਸ਼ਰ ਕੀਤਾ ਕਿਹੜਾ ਅਸੀਂ ਆਪਣੇ ਸ਼ਬਦਾਂ ਨਾਲ ਬਿਆਨ ਨਹੀਂ ਕਰ ਸਕਦੇ ਹਾਂ, ਪਰ ਉੱਥੋਂ ਦੀ ਯੂਪੀ ਸਰਕਾਰ ਜੋਗੀ ਦੇ ਬਿਆਨ ਪ੍ਰਸ਼ਾਸਨ ਦੇ ਬਿਆਨ ਇਹ ਕਹਿ ਦਿੱਤੇ ਜਾਵਣ ਕਿ ਉਹ ਸਾਰਾ ਸਰੋਸਰ ਝੂਠ ਹੈ, ਬੜੀ ਸ਼ਰਮ ਵਾਲੀ ਗੱਲ ਹੈ ਇਹੋ ਜਿਹੀ ਸਰਕਾਰਾਂ ਵਾਸਤੇ। ਇਸ ਵਿਰੋਧ ਵਿੱਚ ਅਸੀਂ ਉਸ ਧੀ ਨੂੰ ਆਪਣੀ ਭੈਣ ਨੂੰ ਇਨਸਾਫ ਦਿਵਾਉਣ ਵਾਸਤੇ ਜਦ ਤੱਕ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲੇਗਾ ਇਹ ਸਾਡਾ ਸੰਘਰਸ਼ ਇਹ ਦਿਨੋ ਦਿਨ ਹੋਰ ਤੇਜ਼ ਹੁੰਦੇ ਜਾਣਗੇ। ਜਦ ਤੱਕ ਉਹਨਾਂ ਨੂੰ ਇਨਸਾਫ ਪੂਰਾ ਨਹੀਂ ਮਿਲੇਗਾ ਉਹ ਪਰਿਵਾਰ ਅੱਜ ਵੀ ਇੱਕ ਦਬਾਅ ਦੇ ਥੱਲੇ ਰਹਿ ਚੁੱਕਿਆ ਹੈ। ਇਸ ਕਰਕੇ ਅਸੀਂ ਉਸ ਪਰਿਵਾਰ ਦੇ ਪੰਜਾਬ ਇਸਤਰੀ ਸਭਾ ਵੱਲੋਂ ਉਹਨਾਂ ਦੇ ਸਾਥ ਦੇ ਰਹੀਆਂ ਅਤੇ ਦਿੰਦੇ ਰਹਾਂਗੇ। ਇਹ ਇਸਤਰੀ ਸਭਾ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਸੰਸਥਾਵਾਂ ਨੇ ਤੁਹਾਡਾ ਸਾਥ ਦਿੱਤਾ? ਸਾਡਾ ਕਿਹੜਾ ਭਾਰਤੀ ਮਹਿਲਾ ਫੈਡਰੇਸ਼ਨ ਸਾਰੇ ਹਿੰਦੁਸਤਾਨ 'ਚ ਸਾਰੇ ਭਾਰਤ ਵਿੱਚ ਹੁਣ ਜਿਹੜਾ ਪ੍ਰਦਰਸ਼ਨ ਕੀਤਾ ਹੈ ਇਹਦੇ ਵਿੱਚ ਕਿਹੜੀ ਇਹਦੇ ਵਿੱਚ ਸਾਡੇ ਵਿੱਚ ਕਿਸਾਨ ਜਥੇਬੰਦੀਆਂ ਵੀ ਪਹੁੰਚੇ ਨੇ, ਸਾਡਾ ਸਮਰਥਨ ਉਹਨਾਂ ਵੀ ਕੀਤਾ ਹੈ। ਨੌਜਵਾਨ ਸਭਾ ਦੇ ਆਗੂ ਲੀਡਰ ਇੱਥੇ ਸ਼ਬੇਗ ਇੱਥੋਂ ਨਵੇਂ ਸਲੇਮ ਸ਼ਾਹ ਦਾ ਹੈ, ਬਲਾਕ ਸਮਿਤੀ ਦਾ ਮੈਂਬਰ ਹੈ ਉਹ ਵੀ ਸਾਡੇ ਨਾਲ ਹੀ ਮੌਜੂਦ, ਉਹਨਾਂ ਵੀ ਸਾਥ ਕੀਤਾ। ਸਾਡੇ ਬੱਚੇ ਨੌਜਵਾਨ ਛੋਟਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰੇ ਮੁਹੱਲੇ ਦੇ ਕਿਹੜੇ ਲੋਕ ਸਾਡੇ ਨਾਲ ਨੇ। ਅੱਜ ਅਸੀਂ ਜੋ ਫਾਜ਼ਿਲਕਾ ਦੇ ਜੋਰਾ ਸਿੰਘ ਮਾਨ ਨਗਰ ਦੇ ਵਿੱਚ ਜੋ ਯੂਪੀ ਦੇ ਵਿੱਚ ਘਟਨਾ ਵਾਪਰੀ ਹੈ ਉਹ ਜੋ ਲੜਕੀ ਨੂੰ ਬਕਾਇਦਾ ਲੜਕੀ ਦੀ ਰੀੜ੍ਹ ਦੀ ਹੱਡੀ ਤੋੜੀ ਗਈ ਔਰ ਉਸ ਤੋਂ ਬਾਅਦ ਜਿਹੜਾ ਉਹਦੀ ਜਿਬ ਕੱਟੀ ਗਈ ਔਰ ਉਸ ਦਾ ਜਿਹੜਾ ਪੋਸਟਮਾਰਟਮ ਕਰਾਇਆ ਗਿਆ ਉਹਦੇ ਵਿੱਚ ਬਕਾਇਦਾ ਜਿਹੜੀ ਰਿਪੋਰਟ ਜਿਹੜੀ ਉਹਨੂੰ ਜਿਹੜਾ ਬਲਾਤਕਾਰ ਉਹਦੇ ਨਾਲ ਹੋਇਆ ਉਹਦੀ ਕੋਈ ਰਿਪੋਰਟ ਨਹੀਂ ਸ਼ਾਮਿਲ ਕੀਤੀ ਗਈ ਔਰ ਜਦੋਂ ਲੜਕੀ ਦਾ ਜਿਹੜਾ ਸੰਸਕਾਰ ਕੀਤਾ ਗਿਆ ਤਾਂ ਉਹਦੇ ਮਾਪਿਆਂ ਨੂੰ ਵੀ ਸ਼ਾਮਿਲ ਨਹੀਂ ਕੀਤਾ ਗਿਆ। ਜਦੋਂ ਇਸ ਤਰ੍ਹਾਂ ਦੀਆਂ ਘਟਨਾ ਦੇਸ਼ ਵਿੱਚ ਵਾਪਰਨ, ਕਿਉਂਕਿ ਮੋਦੀ ਸਰਕਾਰ ਜਦੋਂ ਦੀ ਆਈ ਹੈ ਇਕੱਲੇ ਯੂਪੀ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ, ਪੂਰੇ ਪੰਜਾਬ ਪੂਰੇ ਭਾਰਤ ਦੇ ਵਿੱਚ ਵੱਖ ਵੱਖ ਰਾਜਾਂ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰ ਰਹੀਆਂ ਹਨ। ਜਦੋਂ ਲੜਕੀਆਂ ਸਾਡੇ ਘਰਾਂ ਵਿੱਚੋਂ ਨਿਕਲਦੀਆਂ ਹਨ ਤਾਂ ਉਹਨਾਂ ਦਾ ਸੁਰੱਖਿਅਤ ਵਾਪਸ ਘਰ ਆਉਣਾ ਬਹੁਤ ਮੁਸ਼ਕਲ ਹੋ ਚੁੱਕਾ ਹੈ, ਜਿਸ ਦੀ ਕੜੀ ਵਜੋਂ ਅਸੀਂ ਪੂਰੇ ਭਾਰਤ ਦੇ ਨਾਲ ਜੁੜਦੇ ਹੋਏ ਅਸੀਂ ਇਸ ਘਟਨਾ ਦੀ ਨਿੰਦਾ ਕਰਦੇ ਹਾਂ ਔਰ ਜਿਹੜਾ ਹੈ ਅਸੀਂ ਆਮ ਆਸੇ ਪਾਸੇ ਦੇ ਭੈਣਾਂ ਭਰਾਵਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਜਿਹੜਾ ਸਾਥ ਦਿਓ ਔਰ ਆਉਣ ਵਾਲੇ ਸਮੇਂ ਵਿੱਚ ਜਿਹੜਾ ਸਾਡਾ ਜਿਹੜਾ ਮਨੁੱਖ ਦੇ ਨਾਲ ਜਿਹੜਾ ਇਨਸਾਨ ਦੇ ਨਾਲ ਜਿਹੜਾ ਸਾਡੀਆਂ ਭੈਣਾਂ ਵੀ ਬਰਾਬਰ ਦਾ ਯੋਗਦਾਨ ਪਾ ਸਕਣ। ਧੰਨਵਾਦੀ ਹੈ ਇਹਨਾਂ ਦੇ ਭੈਣਾਂ ਦੇ ਜਿਨ੍ਹਾਂ ਨੇ ਪ੍ਰੋਗਰਾਮ ਚੁੱਕਿਆ। ਯੂਪੀ ਦੇ ਵਿੱਚ ਇੱਕ ਦਲਿਤ ਬੱਚੀ ਜਿਹੜਾ ਬਲਾਤਕਾਰ ਹੋਇਆ ਉਹਦੇ ਸੱਟਾਂ ਮਾਰੀਆਂ ਗਈਆਂ, ਯੂਪੀ ਸਰਕਾਰ ਨੇ ਉਸਦਾ ਕੁਛ ਵੀ ਨਹੀਂ ਵੱਟਿਆ ਗਿਆ ਉਸ ਲੜਕੀ ਦਾ, ਅਤੇ ਗੁੰਡਿਆਂ ਦੀ ਉਹਨਾਂ ਨੇ ਸਹਾਇਤਾ ਕੀਤੀ ਸਰਕਾਰ ਨੇ, ਅਸੀਂ ਉਹ ਸਰਕਾਰ ਨੂੰ ਬਹੁਤ ਹੀ ਮਾੜਾ ਗਿਣਦੇ ਹਾਂ। ਅਸੀਂ ਇਹਨਾਂ ਦੇ ਧੰਨਵਾਦੀ ਹਾਂ ਜਿਹੜੇ ਅੰਦੋਲਨ ਚੱਲ ਰਿਹਾ ਉਹਦੇ ਵਿੱਚ ਵੀ ਸਾਡੇ ਨਾਲ ਮੇਰਾ ਕੱਲ੍ਹ ਮਹੀਨਾ ਹੋ ਗਿਆ ਸਟੇਸ਼ਨ 'ਤੇ ਸਾਡਾ ਸਾਥ ਦਿੰਦੀਆਂ, ਇਸੇ ਕਰਕੇ ਅੱਜ ਨੇ ਜਿਹੜਾ ਪ੍ਰੋਗਰਾਮ ਦੇਖਿਆ ਉਹਦੇ ਵਿੱਚ ਅਸੀਂ ਵੀ ਭਾਰਤੀ ਕਿਸਾਨ ਯੂਨੀਅਨ ਵੱਲੋਂ ਸਾਰੀਆਂ ਜਥਿਆਂ ਵੱਲੋਂ ਅਸੀਂ ਇਹਨਾਂ ਦੀ ਮਦਦ ਕਰਨ ਵਾਸਤੇ ਇੱਥੇ ਆਏ।